ਚੋਣ ਕਮਿਸ਼ਨ ਵੱਲੋਂ ਲੁਧਿਆਣਾ 'ਚ ਬੀਜੇਪੀ ਦੀ ਚੋਣ ਸਮੱਗਰੀ ਲੈ ਕੇ ਜਾ ਰਹੀ ਇੱਕ ਗੱਡੀ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਹੈ। ਇਹ ਗੱਡੀ ਲੁਧਿਆਣਾ ਦੇ ਢੋਲੇਵਾਲ ਚੌਂਕ ਤੋਂ ਗਿੱਲ ਰੋਡ ਵੱਲ ਆ ਰਹੀ ਸੀ। ਕੁਝ ਕਾਂਗਰਸੀਆਂ ਨੇ ਇਸ ਗੱਡੀ ਨੂੰ ਦੇਖਿਆ ਅਤੇ ਚੋਣ ਅਫਸਰਾਂ ਨਾਲ ਸੰਪਰਕ ਸਾਧਿਆ ਅਤੇ ਇਸ ਦੇ ਬਾਰੇ ਸ਼ਿਕਾਇਤ ਕੀਤੀ। ਚੋਣ ਅਫਸਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਗੱਡੀ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਗੱਡੀ 'ਚ ਮੋਦੀ ਦੇ ਪੋਸਟਰ ਲੱਗੇ ਹੋਏ ਸਨ ਅਤੇ ਨਮੋ ਅਗੇਨ ਦੇ ਸਟਿੱਕਰ ਵੀ ਲੱਗੇ ਸਨ। ਚੋਣ ਕਮਿਸ਼ਨ ਦੇ ਅਫਸਰਾਂ ਵੱਲੋਂ ਗੱਡੀ ਦੀ ਤਲਾਸ਼ੀ ਲਿੱਤੀ ਗਈ ਅਤੇ ਉਸ ਵਿੱਚੋਂ ਟੀ ਸ਼ਰਟਸ, ਟੋਪੀਆਂ, ਕੀ ਰਿੰਗਸ, ਮੋਦੀ ਨਮੋ ਘੜੀ, ਨਮੋ ਦੇ ਪੈਨ, ਮੋਦੀ ਦੀ ਫੋਟੋ ਵਾਲਾ ਚਾਹ ਦਾ ਕੱਪ ਆਦਿ ਚੁਣਾਵ ਪ੍ਰਚਾਰ ਸਮੱਗਰੀ ਬਰਾਮਦ ਹੋਈ ਹੈ। ਚੋਣ ਅਫਸਰਾਂ ਦਾ ਕਹਿਣਾ ਹੈ ਕਿ ਜੋ ਪਾਰਟੀ ਕੋਡ ਆਫ ਕੰਡਕਟ ਦੀ ਉਲੰਘਣਾ ਕਰੇਗੀ ਉਸ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਅਸੀਂ ਇੱਥੇ ਇਨਫੋਰਮੇਸ਼ਨ ਮਿਲੀ ਸੀਗੀ, ਜਿਹੜੇ ਕੰਸਰਨਡ ਆਫੀਸਰ ਆ ਉਹ ਦੂਜੇ ਪਾਸੇ ਆ, ਅਸੀਂ ਆਪਣੀ ਰੂਟੀਨ ਚੈਕਿੰਗ ਕਰ ਰਹੇ ਹਾਂ। 060 ਇਹ 1 ਕੰਸਟੀਟੈਂਸੀ ਪੈਂਦੀ, ਵੈਸੇ ਜਿਹੜੇ ਸਾਡੀ 062 ਆ, ਜੋ ਸਾਡੇ ਕਲੀਗ ਹੀ ਸੀਗੇ ਉਹ ਦੂਜੇ ਪਾਸੇ ਬਿਜ਼ੀ ਹੋ ਗਏ। ਇਹਦਾ ਮੇਨ ਟਾਈਮ ਜਿਹੜੇ ਕਾਂਗਰਸੀ ਕੁਛ ਵਰਕਰਸ ਹੈ, ਇਹਨਾਂ ਨੇ ਦੱਸਿਆ ਕਿ ਵੀ ਇਹਦੇ ਵਿੱਚ ਓਮ ਨਮੋ ਦਾ ਉਹ ਸਟਿੱਕਰ ਲੱਗਿਆ ਅਤੇ ਵਾਇਲੇਸ਼ਨ ਹੋ ਰਹੀ ਆ ਕੋਡ ਆਫ ਕੰਡਕਟ ਦੀ, ਅਤੇ ਅੰਦਰੋਂ ਸਮਾਨ ਵੀ ਚੈੱਕ ਕੀਤਾ ਗਿਆ। ਪਰ ਜਿਹੜਾ ਡਰਾਈਵਰ ਹੈ ਉਹ ਕਹਿ ਰਿਹਾ ਕਿ ਅਸੀਂ ਇਹ ਸਮਾਨ ਵੇਚਦੇ ਹੈਗੇ ਹਾਂ, ਅਤੇ ਬਾਕੀ ਅਸੀਂ ਸੀਨੀਅਰ ਉੱਚ ਅਧਿਕਾਰੀਆਂ ਦੇ ਧਿਆਨ 'ਚ ਮਾਮਲਾ ਲਿਆ ਦਿੱਤਾ ਹੈਗਾ, ਅਤੇ ਜੋ ਵੀ ਗੱਡੀ ਅਸੀਂ ਫੜ ਲਈ ਹੈ, ਲੈ ਕੇ ਚੱਲੇ ਹਾਂ ਆਪਣੀ ਕਸਟਡੀ 'ਚ, ਅਤੇ ਜੋ ਅਗਲੇਤੀ ਕਾਰਵਾਈ ਹੋਏਗੀ ਦਫ਼ਤਰ ਜਾ ਕੇ ਸੀਨੀਅਰਸ ਨੂੰ ਪੁੱਛ ਕੇ ਕੀਤੀ ਜਾਏਗੀ ਬੰਦੀ ਕਾਰਵਾਈ। ਇਹਨਾਂ ਦੇ ਵਿੱਚ ਟੀ ਸ਼ਰਟਸ ਹੈਗੀਆਂ, ਛੱਲੇ ਕੀ ਰਿੰਗਸ ਹੈ, ਕੀ ਰਿੰਗਸ, ਛੱਬੇ ਛੱਲੇ, ਪੈੱਨ ਹੈ, ਇਹ ਉਹਨਾਂ ਦੇ ਓਮ ਨਮੋ ਲਿਖਿਆ ਹੋਇਆ। ਨਹੀਂ ਮਖੋਟੇ ਨਹੀਂ, ਮੈਂ ਦੇਖਿਆ ਟੀ ਸ਼ਰਟਸ ਜ਼ਰੂਰ ਮੈਂ ਦੇਖੀਆਂ, ਫੋਟੋਆਂ ਉਹਦੀਆਂ ਹੈਗੀਆਂ ਕਮਲ ਦੀਆਂ, ਜਿਹੜੇ ਉਹ ਚੀਜ਼ ਹੈ। ਬੀਜੇਪੀ ਕਰ ਰਹੀ ਹੈ ਜੀ, ਉਲੰਘਣਾ ਕਰ ਰਹੀ ਹੈ ਜੀ ਬੀਜੇਪੀ? ਨਹੀਂ, ਆਈ ਕਾਂਟ ਸੇ ਰਾਈਟ ਨਾਓ ਵੀ ਇਹ ਹੁਣ ਪਤਾ ਨਹੀਂ ਕਿਸੇ ਦੀ ਸ਼ਰਤ ਹੈ ਕਿ ਪਾਰਟੀ ਵੱਲੋਂ ਹੈ, ਕਿਉਂਕਿ ਚੁਣਾਵ ਸੈਰ ਉਲੰਘਣਾ ਹੋਈ ਹੋਈ ਹੈ। ਇਹ ਤਾਂ ਇਹਦੇ ਤੋਂ ਜਦੋਂ ਪੁੱਛਾਂਗੇ ਇਹੀ ਦੱਸ ਪਾਏਗਾ ਇਹਨਾਂ ਦਾ ਮਾਲਕ ਜਿਹੜਾ ਆਏਗਾ। ਬੀਜੇਪੀ ਦੇ ਲੁਧਿਆਣਾ ਪ੍ਰਧਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਡੀ ਬਾਰੇ ਨਹੀਂ ਪਤਾ ਕਿ ਗੱਡੀ ਕਿੱਥੋਂ ਆਈ ਅਤੇ ਕਿਸਨੇ ਭੇਜੀ। ਬਿਊਰੋ ਰਿਪੋਰਟ, ਲੁਧਿਆਣਾ ਬਿਊਰੋ।